ਗੁਰਾਇਆ ਨਜ਼ਦੀਕ ਬੜਾ ਪਿੰਡ ਵਿਖੇ ਖਾਲਸਾ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਦੇ ਮੁੱਖ ਗੇਟ ਤੇ ਸਭਾ ਤੇ ਸਸਪੈਂਡ ਦਲਿਤ ਅਪਾਹਜ ਸੈਕਟਰੀ ਸੁਰਿੰਦਰ ਕੁਮਾਰ ਵੱਲੋਂ ਪਰਿਵਾਰ ਸਮੇਤ ਕੜਕਦੀ ਠੰਡ ਵਿੱਚ ਧਰਨਾ ਲਗਾ ਕੇ ਸਭਾ ਦੀ ਪ੍ਰਬੰਧਕੀ ਕਮੇਟੀ ਤੇ ਜਾਤੀ ਵਿਤਕਰਾ ਕਰਕੇ ਸਸਪੈਂਡ ਕਰਵਾਉਣ ਦੇ ਦੋਸ਼ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਭਾ 'ਚ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਉਸਨੇ ਦੱਸਿਆ ਕਿ ਸਭਾ ਦੇ ਪ੍ਰਧਾਨ ਵੱਲੋਂ ਉਸਨੂੰ ਪਹਿਲਾਂ ਸਸਪੈਂਡ ਤੇ ਹੁਣ ਡਿਸਮਿਸ ਕਰ ਦਿੱਤਾ ਹੈ, ਜਦਕਿ ਉਸਨੇ ਕੋਈ ਵੀ ਗਵਨ ਨਹੀਂ ਕੀਤਾ। ਉਸਨੂੰ ਸਿਰਫ ਦਲਿਤ ਸਮਾਜ ਨਾਲ ਸੰਬੰਧਿਤ ਹੋਣ ਕਾਰਨ ਹੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਉਸਨੇ ਦੱਸਿਆ ਕਿ ਸਭਾ ਵਿੱਚ ਕੰਮ ਕਰ ਰਹੇ ਸੇਲਜ਼ਮੈਨ ਵੱਲੋਂ ਲੱਖਾਂ ਰੁਪਏ ਦਾ ਗਵਨ ਕੀਤਾ ਜਾ ਚੁੱਕਾ ਹੈ। ਉਸਦੀ ਸਭਾ ਨੇ ਕੋਈ ਵੀ ਚਾਰਜ ਸ਼ੀਟ ਨਹੀਂ ਬਣਾਈ ਅਤੇ ਉਸਨੂੰ ਸਸਪੈਂਡ ਵੀ ਨਹੀਂ ਕੀਤਾ, ਜਦਕਿ ਮੇਰੇ ਨਾਲ ਧੱਕਾ ਕਰਕੇ ਮੈਨੂੰ ਨੌਕਰੀ ਤੋਂ ਹੀ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਾਤੀ ਵਿਤਕਰਾ ਕੋਈ ਨਹੀਂ ਕੀਤਾ, ਪੈਸਿਆਂ ਦੇ ਗਵਨ ਵਿੱਚ ਹੀ ਇਨਕੁਆਇਰੀ ਕਰਨ ਉਪਰੰਤ ਹੀ ਸੁਰਿੰਦਰ ਕੁਮਾਰ ਨੂੰ ਸਸਪੈਂਡ ਕੀਤਾ ਹੈ। ਸੰਬੰਧਿਤ ਵਿਭਾਗ ਦੇ DR ਤੱਕ ਹੀ ਰਿਪੋਰਟ ਪਹੁੰਚ ਚੁੱਕੀ ਹੈ। ਸੁਰਿੰਦਰ ਦੀ ਲੋਕਾਂ ਨਾਲ ਡਿਲੀਲਿੰਗ ਵੀ ਵਧੀਆ ਨਹੀਂ ਹੈ। ਪਰ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਰਾਹੁਲ ਪੋਲ ਨੇ ਦੱਸਿਆ ਕਿ ਸਭਾ ਦੀ ਪ੍ਰਬੰਧਕੀ ਕਮੇਟੀ ਨੇ ਗਵਨ ਸੰਬੰਧੀ ਜਾਂਚ ਪੜਤਾਲ ਕਰਕੇ ਹੀ ਸੁਰਿੰਦਰ ਕੁਮਾਰ ਨੂੰ ਸਸਪੈਂਡ ਕੀਤਾ ਹੈ। ਸਭਾ ਦੀ ਆਗਾਮੀ ਚੋਣ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਹੁਲ ਪੋਲ ਨੇ ਦੱਸਿਆ ਕਿ ਚੋਣ ਸੰਬੰਧੀ ਮਨਿਆਦੀ ਕਾਰਵਾਈ ਕੀਤੀ ਗਈ ਹੈ, ਜਿਸ ਦੀ ਰਸੀਦ ਵੀ ਰਿਕਾਰਡ ਵਿੱਚ ਨੱਥੀ ਕੀਤੀ ਗਈ ਹੈ। ਸਭਾ ਦੇ ਸੇਲਜ਼ਮੈਨ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਸਾਰੀ ਜ਼ਿੰਮੇਵਾਰੀ ਸਭਾ ਦੇ ਸੈਕਟਰੀ ਦੀ ਹੁੰਦੀ ਹੈ, ਜਿਸ ਵਿੱਚ ਸੈਕਟਰੀ ਦੇ ਆਦੇਸ਼ਾਂ ਤੇ ਹੀ ਸੇਲ ਪਰਚੇਜ ਦਾ ਕੰਮ ਦੇਖਿਆ ਜਾਂਦਾ ਹੈ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਤੇ ਮੈਂ ਇੱਥੇ ਸੈਕਟਰੀ ਸੀਗਾ, ਇੱਥੇ ਕੋਆਪਰੇਟਿਵ ਸੁਸਾਇਟੀ ਬੜਾ ਪਿੰਡ ਦੇ ਵਿੱਚ। ਹਾਂਜੀ, ਇਹਨਾਂ ਨੇ ਮੇਰੇ ਤਕਰਾ ਕਰਕੇ ਮੈਨੂੰ ਪਹਿਲਾਂ ਸਸਪੈਂਡ ਕੀਤਾ। ਸਸਪੈਂਡ ਕਰਨ ਤੋਂ ਬਾਅਦ ਮੈਨੂੰ 4 ਮਹੀਨੇ ਤੱਕ ਇਹਨਾਂ ਨੇ ਅੱਧੀ ਤਨਖਾਹ ਨਹੀਂ ਦਿੱਤੀ। ਉਸ ਤੋਂ ਬਾਅਦ ਮੈਂ ਇੰਸਪੈਕਟਰ ਸਾਹਿਬ ਨੂੰ ਸ਼ਿਕਾਇਤ ਕਰਕੇ 4 ਮਹੀਨੇ ਦੀ ਤਨਖਾਹ ਲਈ 29/11/22 ਨੂੰ। 29/11/22 ਨੂੰ ਮੇਰੀਆਂ ਸੇਵਾਵਾਂ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਗਈਆਂ, ਖਤਮ ਕਰ ਦਿੱਤੀਆਂ। ਜਿਹੜਾ ਸੇਲਜ਼ਮੈਨ ਆ ਉਹ ਮਤਲਬ ਇਹਨਾਂ ਨੇ ਆਪ ਕਿਹਾ ਸੀ ਜਗਸ਼ਿੰਦਰ ਭਾਅ ਜੀ ਨੇ ਵੀ ਸਮਨਦੀਪ ਦੇ ਸਿਰ ਜਿਹੜਾ 10 ਲੱਖ ਤੋਂ ਉੱਪਰ ਰੁਪਈਆ ਲੱਗਦਾ ਆ, ਵੀ ਉਹ ਜਿਹੜਾ ਆਪਣੇ ਸਾਰਿਆਂ ਦੇ ਸਿਰ ਪੈਣਾ ਵੀ ਇਸ ਉਹਨੂੰ ਅੱਜ ਤੱਕ ਇਹਨਾਂ ਨੇ ਸਸਪੈਂਡ ਕਰਨ ਤੋਂ ਬਾਅਦ ਵੀ ਨੌਕਰੀ 'ਤੇ ਰੱਖਿਆ, ਉਦੋਂ ਬਾਅਦ 'ਚ ਬਹਾਲ ਕੀਤਾ। ਜਦਕਿ ਸੇਲਜ਼ਮੈਨ ਦੇ ਜੁੰਮੇ ਅੱਜ ਤੱਕ ਵੀ ਗਵਨ ਲੱਗਦਾ ਆ, ਤਾਂ ਇਹਨੂੰ ਮਤਲਬ ਬਹਾਲ ਕਿਹੜੇ ਬੇਸ 'ਤੇ ਇਹਨਾਂ ਨੇ ਕਰ ਦਿੱਤਾ? ਇਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ। ਅਤੇ ਜਦ ਇਹਦੇ ਮਤਲਬ ਸੇਲਜ਼ਮੈਨ ਦੇ ਜੁੰਮੇ 10 ਲੱਖ ਤੋਂ ਵੱਧ ਗਵਨ ਲੱਗਦਾ ਆ, ਇਹਦੀ ਚਾਰਜਸ਼ੀਟ ਕਿਉਂ ਨਹੀਂ ਬਣਾਈ? ਇਹਦੀ ਚਾਰਜਸ਼ੀਟ ਬਣਨੀ ਚਾਹੀਦੀ ਸੀ। ਨਾ ਇਹਨਾਂ ਨੇ ਅੱਜ ਤੱਕ, 1.5 ਸਾਲ ਹੋ ਗਿਆ, ਨਾ ਇਹਨਾਂ ਨੇ ਅੱਜ ਤੱਕ ਸੇਲਜ਼ਮੈਨ ਦੇ ਕੋਈ FIR ਦਰਜ ਕਰਾਈ ਆ। ਉਹਨੂੰ ਚੁੱਪ ਕਰਕੇ ਗੱਲ ਨਾਲ ਲਾ ਕੇ ਬੈਠੇ ਆ, ਹਰ ਰੋਜ਼ ਆਉਂਦਾ। ਅੱਗੇ ਉਹ ਸਾਰਿਆਂ ਨੂੰ ਪਤਾ ਵੀ ਅੱਗੇ ਉਹ 10 ਸਾਲ ਇੱਥੇ ਕਦੀ ਵੜਿਆ ਨਹੀਂ ਸੀ। ਆਪਣੀ ਉਹ ਖੇਤੀਬਾੜੀ ਕਰਦਾ ਸੀ, ਆਪਣੇ ਪਸ਼ੂ ਰੱਖੇ ਸੀ, ਉਹ ਕਮੇਟੀ ਨੂੰ ਪਤਾ ਵੀ ਸੀ, ਲੇਕਿਨ ਇਹਨਾਂ ਨੇ ਕਦੀ ਵੀ ਉਹ 'ਤੇ ਕੋਈ ਇਨਕੁਆਇਰੀ ਨਹੀਂ ਕੀਤੀ।
ਸਿਰਫ ਉਹਨੂੰ ਇਹ ਚਮਚਾਗਿਰੀ ਕਰਦਾ ਸੀ, ਇਹ ਸ਼ਹਿ ਸੀ ਵੀ ਤੂੰ ਜੋ ਮਰਜ਼ੀ ਕਰ, ਬਾਹਰੇ ਤੁਰਿਆ ਫਿਰਦਾ ਰਹਿੰਦਾ ਸੀ, ਸਾਰਿਆਂ ਨੂੰ ਪਤਾ। ਪਰ ਜਿੱਦਣ ਦਾ ਮੈਂ ਸਸਪੈਂਡ ਹੋਇਆ ਆ, ਉੱਦਣ ਦਾ 9 to 5 ਵਜੇ ਤੱਕ ਇੱਥੇ ਡਿਊਟੀ ਦੇ ਰਿਹਾ, ਲਗਾਤਾਰ ਆ ਰਿਹਾ, ਲਗਾਤਾਰ ਆ ਰਿਹਾ। ਸਸਪੈਂਡ ਕਰਨ ਦੀ ਵਜ੍ਹਾ ਤਾਂ ਇਹ ਵਜ੍ਹਾ ਆ, ਹੋਰ ਕੋਈ ਗੱਲ ਨਹੀਂ। ਹੋਰ ਮੇਰੇ ਸਰ ਗਵਨ ਕੋਈ ਨਹੀਂ ਲੱਗਦਾ, ਇੱਕ ਸਿਰਫ ਹਿੱਸਿਆਂ ਦੇ ਪੈਸੇ ਸੀਗੇ ਉਹ, ਮਤਲਬ ਜਦੋਂ ਅਸੀਂ ਹਿੱਸਾ ਬੈਂਕ ਦੇ ਵਿੱਚ ਮੈਂਬਰ ਦਾ ਲੈਣ ਦੇਣ ਸ਼ੁਰੂ ਕਰਦੇ ਸੀ ਉਦੋਂ 1000 ਰੁਪਈਆ ਜਮ੍ਹਾਂ ਕਰਾਉਂਦੇ ਸੀ, ਅਤੇ ਇੱਕ ਸੀਗੇ ਭਾਈ ਕਨੱਈਆ ਦੇ, ਉਹ ਸਾਰੀਆਂ ਸੁਸਾਇਟੀਆਂ ਦੇ ਵਿੱਚ ਪੈਸੇ ਖੜ੍ਹੇ ਆ। ਉਹ ਇਹਨਾਂ ਨੂੰ ਮੈਂ ਕਿਹਾ ਸੀ ਵੀ ਇੱਥੋਂ ਮੈਨੂੰ ਲਿਸਟਾਂ ਦੇ ਦਿਓ, ਅਤੇ ਮੈਂ ਲਿਸਟਾਂ ਦੇ ਦਿਓ, ਅਤੇ ਜਿਹੜੇ ਲਿਸਟਾਂ ਦੇ ਵਿੱਚ ਜਿਹਨਾਂ ਮੈਂਬਰਾਂ ਦੇ ਸਿਰ ਪੈਸੇ ਖੜ੍ਹੇ ਆ ਆਪਾਂ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਖੜ੍ਹੇ ਕਰ ਦਿੰਦੇ। ਪ੍ਰਧਾਨ ਜੀ ਨਾਲ ਕੋਈ ਗੱਲਬਾਤ ਨਹੀਂ ਹੋਈ? ਨਹੀਂ, ਪ੍ਰਧਾਨ ਜੀ ਨਾਲ ਨਹੀਂ ਕੋਈ ਵੀ ਗੱਲਬਾਤ ਹੋਈ, ਅਤੇ ਉਹਨਾਂ ਨੇ ਬਸ ਇੱਦਾਂ ਮੈਨੂੰ ਸਸਪੈਂਡ ਹੀ ਕਰ। ਜਦੋਂ ਇਹਨਾਂ ਨੇ ਮੈਨੂੰ ਸਸਪੈਂਡ ਕੀਤਾ ਉਦੋਂ ਸੁਖਜੀਤ ਸਿੰਘ ਇੰਸਪੈਕਟਰ ਸਾਹਿਬ ਆਏ ਸੀ, ਉਹਨਾਂ ਨੇ ਇਹ ਕਿਹਾ ਸੀ ਵੀ ਜਦੋਂ 2021 ਤੱਕ ਆਡਿਟ ਹੋਇਆ ਆ ਵੀ ਤੁਸੀਂ ਰਹਿਣ ਦਿਓ, ਵੀ 1 ਸਾਲ ਦੇ ਵਿੱਚ ਬੰਦਾ ਕੀ ਗਵਨ ਕਰ ਲਊਗਾ। ਲੇਕਿਨ ਇਹਨਾਂ ਨੇ ਉਹਦੀ ਉਹਨਾਂ ਦਾ ਵੀ ਕਹਿਣਾ ਨਹੀਂ ਮੰਨਿਆ। ਕਿੰਨੇ ਗਵਨ ਦੀ ਅਲੀਗੇਸ਼ਨ ਲੱਗਦਾ ਪਹਿਲਾਂ ਲੱਗਦਾ? ਮੇਰੇ 'ਤੇ ਦੇਖੋ ਜੀ, ਇਹ 40,071 ਰੁਪਈਏ ਤਾਂ ਪਿਛਲੇ ਸੈਕਟਰੀ ਦੇ ਆ, ਅਤੇ ਇੱਕੋ ਹਿੱਸਿਆਂ ਦੇ ਪੈਸੇ ਸੀਗੇ, ਹਿੱਸਿਆਂ ਦੇ 60-70 ਹਜ਼ਾਰ ਰੁਪਈਆ ਹੋਊਗਾ, ਇੰਨਾ ਕੁ ਹੋਣਾ, ਅਤੇ ਉਹ ਮੈਂ 90,000 ਰੁਪਈਆ ਜਮ੍ਹਾਂ ਕਰਾ ਚੁੱਕਾ ਹਾਂ। ਬੀਮਿਆਂ ਦੇ ਪੈਸੇ, ਉਹ ਮਤਲਬ ਮਹਿਕਮੇ ਦਾ ਪ੍ਰੈਸ਼ਰ ਸੀ ਅਤੇ ਉਹ ਬੀਮੇ ਸਾਨੂੰ ਮਜਬੂਰਨ ਕਰਨੇ ਪਏ, ਅਤੇ ਲੋਕਾਂ ਨੇ ਸਾਨੂੰ ਪੈਸੇ ਨਹੀਂ ਦਿੱਤੇ, ਉਹ ਲੋਕਾਂ ਦੇ ਮਤਲਬ ਖਾਤਿਆਂ ਦੇ ਵਿੱਚ ਪੈਸੇ ਅਸੀਂ ਖੜ੍ਹੇ ਕਰਨੇ ਸੀ। ਉਹ ਲਿਸਟਾਂ ਇਹਨਾਂ ਨੂੰ ਮੈਂ ਕਿਹਾ ਸੀ ਵੀ ਮੈਨੂੰ ਉਹਦੀਆਂ ਲਿਸਟਾਂ ਦਿਓ ਵੀ ਆਪਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਮ੍ਹਾਂ ਕਰ ਦੇਈਏ। ਅਪੀਲ ਕਰਨੀ ਪੈਣੀ ਆ, ਫਿਰ ਉਸ ਤੋਂ ਬਾਅਦ ਮੈਂ ਮਤਲਬ ਵਕੀਲ ਦੇ ਥਰੂ ਅਪੀਲ ਕੀਤੀ ਆ। ਕੋਰਟ ਦੇ ਵਿੱਚ ਮੈਟਰ ਚੱਲਦਾ, ਇਹਨਾਂ ਨੇ ਮਤਲਬ ਰਿਜ਼ਰਵ ਦੇ ਵਿੱਚ ਰਖਾਇਆ ਵੀ ਅਸੀਂ ਫੈਸਲਾ ਕਰ ਲਵਾਂਗੇ। ਮੇਰੀ ਸੀ 15, ਥੋੜੀ ਸੀ ਤਨਖਾਹ, ਤਾਂ 15 ਥੋੜੀ ਵੱਧ। ਤੁਸੀਂ ਲਾ ਕੇ ਬੈਠੇ ਆ, ਹਾਂਜੀ, ਮੰਗ ਨੂੰ ਲੈ ਕੇ ਬੈਠੇ ਆ। ਦੇਖੋ ਜੀ, ਮੰਗ ਤਾਂ ਮੇਰੀ ਇਹ, ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੈਨੂੰ ਦੁਬਾਰਾ ਨੌਕਰੀ ਮਿਲਣੀ ਚਾਹੀਦੀ ਆ, ਠੀਕ ਹੈ ਕਿ ਨਹੀਂ? ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹੇ? ਮੈਂ ਜੀ 19-20 ਸਾਲ ਤੋਂ ਇੱਥੇ ਕੰਮ ਕਰ ਰਿਹਾ, 19-20 ਸਾਲ ਤੋਂ ਮੈਂ ਇੱਥੇ ਕੰਮ ਕਰ ਰਿਹਾ, ਅਤੇ ਮੇਰੀ ਮੰਗ ਇਹ ਹੈ ਵੀ ਮੈਨੂੰ ਦੁਬਾਰਾ ਮਤਲਬ ਨੌਕਰੀ ਮਿਲਣੀ ਚਾਹੀਦੀ ਆ, ਕਿਉਂਕਿ ਜੇ ਮਤਲਬ ਕਾਨੂੰਨੀ ਤੌਰ 'ਤੇ ਹੋਣਾ ਸੀ ਤਾਂ ਇਹਨਾਂ ਨੇ ਸੇਲਜਮੈਨ ਦੀ ਚਾਰਜਸ਼ੀਟ ਕਿਉਂ ਨਹੀਂ ਬਣਾਈ, ਨਾ ਉਹ 'ਤੇ ਕੋਈ FIR ਦਰਜ ਕਰਾਈ ਆ, ਕਿਉਂਕਿ ਇੱਥੇ ਸਾਬਤ ਹੋ ਰਿਹਾ ਵੀ ਇਹਨਾਂ ਨੇ। ਮੇਰਾ ਨਾਮ ਜੀ ਸਮਨਦੀਪ ਸਿੰਘ ਜੀ। ਇੱਥੇ ਸੁਸਾਇਟੀ ਦੇ ਵਿੱਚ ਕੀ ਆ ਤੁਸੀਂ? ਮੈਂ ਜੀ ਬਤੌਰ ਸੇਲਜਮੈਨ ਕੰਮ ਕਰਦਾ ਜੀ। ਅੱਛਾ, ਇੱਕ ਜਿਹੜਾ ਬਾਹਰ ਰੱਖਣ ਵਾਲਾ ਇਹ ਮਾਮਲਾ ਇਸ ਤਰ੍ਹਾਂ ਜੀ, ਇਹ 2013 ਵਿੱਚ ਮੈਂ ਸੇਲਜਮੈਨ ਬਣਿਆ ਜੀ, 2003 ਵਿੱਚ ਸੈਕਟਰੀ ਸਾਹਿਬ ਦੀ ਜੁਆਇਨਿੰਗ ਆ, ਠੀਕ ਹੈ ਜੀ। ਜੁਆਇਨ ਜਿਹੜਾ ਕਰਿਆਨਾ ਜਿਹੜਾ ਕਰਿਆਨਾ ਆ ਉਹ ਸੈਕਟਰੀ ਸਾਹਿਬ ਦੇ ਚਾਰਜ ਅੰਦਰ ਸੀਗਾ ਜਦੋਂ ਇਹ ਬਤੌਰ PN ਭਰਤੀ ਹੋਏ ਆ। ਉਦੋਂ ਬਾਅਦ ਇਹ ਸੇਲਜਮੈਨ ਬਣ ਕੇ, ਉਹ ਜਿਹੜਾ ਪਹਿਲਾਂ ਮੁੰਡਾ ਸੀ ਉਹ ਵਿਦੇਸ਼ ਚਲੇ ਗਿਆ, ਵਿਦੇਸ਼ ਜਾਣ ਦੀ ਵਜ੍ਹਾ ਨਾਲ। ਉਸ ਤੋਂ ਬਾਅਦ 2013 ਵਿੱਚ ਮੇਰੇ ਕੋਲ ਚਾਰਜ ਆਇਆ, ਮੇਰੇ ਕੋਲ ਇਸ ਟਾਈਮ ਚਾਰਜ ਯੂਰੀਆ ਪਲੱਸ ਮਾਰਕਫੈਡ ਦੀਆਂ ਦਵਾਈਆਂ ਦਾ ਆਇਆ, ਜਿਹੜਾ ਮੇਰਾ ਇੱਕ ਵੀ ਨਹੀਂ, ਉਹ ਟੋਟਲ ਸਟਾਕ ਸਾਰਾ ਪੂਰਾ ਆਇਆ ਮੇਰਾ, ਠੀਕ ਹੈ ਜੀ। ਅਤੇ ਜਿਹੜਾ ਇਹ ਕਰਿਆਨਾ ਪਲੱਸ ਜੋ ਫੀਡ ਦਾ ਤੁਸੀਂ ਬੈਲੈਂਸ ਸ਼ੀਟ ਦੀ ਗੱਲ ਕਰਦੇ ਹੋ, ਉਹ ਸਾਰਾ ਇਹ ਸੈਕਟਰੀ ਸਾਹਿਬ ਦਾ।
ਨੇ ਟਾਈਮ ਦਾ, ਹਾਂ ਇਹਨਾਂ ਜ਼ਿੰਮੇਵਾਰੀ, ਹਾਂਜੀ, ਕਿਉਂਕਿ ਇਸ ਸਾਡੇ ਮਹਿਕਮੇ ਇਸ ਤਰ੍ਹਾਂ ਆ ਜਿਹੜਾ ਸੇਲਜ਼ਮੈਨ ਆ ਉਹਨੇ ਦੂਜਾ ਸੁਸਾਇਟੀ ਵਿੱਚ ਜੋ ਵੀ ਚਾਹੇ ਖਾਦ ਆਵੇ ਜਾਂ ਕਰਿਆਨਾ ਆਵੇ ਉਹਨੇ ਸੇਲ ਕਰਨਾ ਹੁੰਦਾ ਆ, ਜਿਹੜਾ ਸੰਬੰਧਿਤ ਸੈਕਟਰੀ ਆ ਉਹਨੇ ਪਰਚੇਜ਼ ਕਰਨਾ ਪਲੱਸ ਉਹਨੇ ਕੈਸ਼ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਾਉਣਾ। ਇੱਕ ਲੱਖ ਨਹੀਂ ਮੇਰੀ ਕੋਈ ਨਹੀਂ ਦੇਣਦਾਰੀ, ਹਾਂਜੀ, ਜਿਹੜਾ ਮੇਰੇ ਕੋਲ ਚਾਰਜ ਆ ਉਹ ਸਰਾਸਰ ਇਹਦੇ ਜਿਹੜੇ ਦੂਜਾ ਦੋਸਤ ਲਾਉਂਦੇ ਉਹ ਬੇ ਬਣਵਾ ਰਹੇ ਆ। ਹਾਂਜੀ, ਉਹ ਜਿਹੜੀ 75,000 ਦਿੱਤੀ ਉਹ ਸੈਕਟਰੀ ਸਾਹਿਬ ਨੇ ਜਨਵਰੀ ਦੇ ਜਨਵਰੀ ਤੱਕ ਰਿਕਾਰਡ ਨਹੀਂ ਪੂਰਾ ਕੀਤਾ ਸੀਗਾ, ਉਹਦੇ ਸੰਬੰਧ ਦੇ ਵਿੱਚ ਜਿਹੜੀ ਸਾਡੀ ਪੀ ਬੀ ਜੋ ਮਹਿਕਮੇ ਇੰਸਪੈਕਸ਼ਨ ਹੁੰਦੀ ਆ ਉਹ ਰਿਕਾਰਡ ਨਹੀਂ, ਕਿਉਂਕਿ ਉਸ ਟਾਈਮ ਮੇਰੇ ਕੋਲ ਚਾਰਜ ਸੀਗਾ, ਮੈਂ ਆਪਣਾ ਜਿਹੜਾ ਜ਼ਰੂਰੀ ਦਾ ਉਹ ਪੂਰਾ ਕੀਤਾ। ਸਰ ਉਹ ਮੇਰੇ ਇੱਕ ਜ਼ਿਮੀਂਦਾਰਾਂ ਕੋਲ ਖਾਦ ਅਧਾਰਾ ਗਿਆ ਸੀ, ਉਹ ਮੈਂ ਲੈ ਕੇ ਅੱਗੇ ਜਮ੍ਹਾਂ ਕਰਾਤਾ, ਕਿਉਂਕਿ ਹਾਂਜੀ ਕਿਉਂਕਿ ਸਾਨੂੰ ਮਾਰਕਫੀਲ ਅੱਗੇ ਉਧਾਰ ਦੇ ਰਹੀ ਸੀ ਤੇ ਅਸੀਂ ਅੱਗੇ ਦੇ ਰਹੇ ਸੀ, ਹੁਣ ਟੋਟਲ ਸਾਰੇ ਕੋਲ ਬੰਦ ਹੈ। ਕੁਛ ਦਵਾਈ ਆ ਕੁਛ, ਯਾਨੀ ਕਿ ਉਹ ਮਾਰਕਫੈਡ ਨਾਲ ਗੱਲ ਹੋ ਚੁੱਕੀ ਆ, ਮਾਰਕਫੈਡ ਚਾਰਨੀ ਅਫਸਰ ਸੰਬੰਧਿਤ ਅਥਾਰਟੀ ਨਾਲ ਗੱਲ ਹੋ ਚੁੱਕੀ ਆ ਤੇ ਉਹ ਵਾਪਸ, ਹਾਂਜੀ ਰਾਈਟ ਆਫ ਪਲੱਸ ਉਹ ਵਾਪਸ ਲੈ ਜਾਣਗੇ। ਹਾਂਜੀ, ਮੇਰਾ ਨਾਮ ਰੋਹਿਤ ਪੌਲ, ਮੈਂ ਇੱਥੇ ਐਜ਼ ਏ ਇੰਸਪੈਕਟਰ ਹਲਕਾ ਇੰਚਾਰਜ ਪਲੱਸ ਇਸ ਸੋਸਾਇਟੀ ਦਾ ਪ੍ਰਸ਼ਾਸਕ ਐਡਮਿਨਿਸਟ੍ਰੇਟਰ, ਕਿਉਂਕਿ ਸਭਾ ਦੀ ਪ੍ਰਬੰਧਕ ਕਮੇਟੀ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਕਰਵਾਉਣ ਲਈ ਮੈਨੂੰ ਮਾਣਯੋਗ ਯਾਰ ਸਾਹਿਬ ਫਲੋਰ ਵੱਲੋਂ ਬਤੌਰ ਇੰਸਪੈਕਟਰ ਇੱਥੇ ਡਿਪਿਊਟ ਕੀਤਾ ਗਿਆ ਹੈ। ਸਰ ਐਕਚੁਅਲੀ ਅੱਜ ਜੋ ਮੇਰਾ ਵਿਜ਼ਿਟ ਸੀ ਭੁਲੇਤਾ ਸੋਸਾਇਟੀ ਸੀ ਅਤੇ ਜਦੋਂ ਹੀ ਮੈਨੂੰ ਖਬਰ ਮਿਲੀ ਵੀ ਕਿ ਸੋਸਾਇਟੀ ਦੇ ਗੇਟ ਦੇ ਬਾਹਰ ਕੁਛ ਮੈਂਬਰ ਪਲੱਸ ਜਿਹੜੇ ਇੱਥੇ ਦੇ ਐਕਸ ਐਮਪਲੋਈ ਸੀ ਉਹਨਾਂ ਨੇ ਦਰੀ ਵਿਛਾ ਕੇ ਧਰਨਾ ਲਾਇਆ ਹੈ ਅਤੇ ਮੈਂ ਉਸੇ ਟਾਈਮ ਹੀ ਭੁਲੇਤੇ ਤੋਂ ਇੱਥੇ ਆਇਆ ਬੜਾ ਪਿੰਡ ਅਤੇ ਉਹਨਾਂ ਦੇ ਨਾਲ ਜੋ ਵੀ ਉਹਨਾਂ ਦੀਆਂ ਪ੍ਰੋਬਲਮ ਸੀ ਜੋ ਵੀ ਉਹਨਾਂ ਦਾ ਮੰਤਵ ਸੀ ਧਰਨਾ ਲਾਉਣ ਦਾ ਉਹਨਾਂ ਨੂੰ ਪੁੱਛਿਆ ਅਤੇ ਜਿੱਥੋਂ ਤੱਕ ਹੋ ਸਕੇ ਮੈਂ ਉਹਨਾਂ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜੋ ਪਹਿਲਾਂ ਕਮੇਟੀ ਸੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੇ ਸੈਕਟਰੀ ਸਾਹਿਬ ਵੱਲੋਂ ਸੁਰਿੰਦਰ ਹੁਣਾਂ ਵੱਲੋਂ ਜੋ ਵੀ ਸਭਾ ਦੇ ਵਿੱਚ ਰਿਕਾਰਡ ਮੁਕੰਮਲ ਨਾ ਕਰਨਾ ਅਤੇ ਅਧਿਕਾਰਤ ਵਿਅਕਤੀਆਂ ਨੂੰ ਰਿਕਾਰਡ ਨਾ ਦੇਣਾ ਪਲੱਸ ਸਮੇਂ ਸਿਰ ਆਡਿਟ ਨਾ ਕਰਾਉਣਾ ਪਲੱਸ ਜੋ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਮੰਦਭਾਗਾ ਜੋ ਇੱਕ ਗਲਤ ਸ਼ਬਦਾਵਲੀ ਦਾ ਯੂਜ਼ ਕੀਤਾ ਹੈ ਉਸ ਸੰਬੰਧੀ ਉਹਨਾਂ ਨੇ ਚਾਰਜਸ਼ੀਟ ਇਸ਼ੂ ਕੀਤੀ ਸੀ ਅਤੇ ਚਾਰਜਸ਼ੀਟ ਦੇ ਚਾਰਜਸ ਨੂੰ ਪ੍ਰੂਵ ਕਰਕੇ ਉਹਨਾਂ ਨੇ ਸ਼੍ਰੀ ਸੁਰਿੰਦਰ ਸਿੰਘ ਸੁਰਿੰਦਰ ਹੁਣਾਂ ਨੂੰ ਮੇਜਰ ਪਨਿਸ਼ਮੈਂਟ ਦੇ ਤੌਰ 'ਤੇ ਟਰਮੀਨੇਟ ਕੀਤਾ ਗਿਆ ਸੋਸਾਇਟੀ 'ਚੋਂ ਜਿਸ ਕਰਕੇ ਉਹਨਾਂ ਨੇ ਅੱਜ ਧਰਨਾ ਲਾਇਆ ਹੈ। ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਚਾਰਜਸ ਪ੍ਰੂਵ ਕਰਕੇ ਮੇਜਰ ਪਨਿਸ਼ਮੈਂਟ ਦੇ ਤੌਰ 'ਤੇ ਪਰਮਾਨੈਂਟ ਰਿਮੂਵਲ ਫਰਮ ਸਰਵਿਸ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਐਕਸ ਸੈਕਟਰੀ ਵੱਲੋਂ ਮਾਣਯੋਗ ਡੀ ਆਰ ਜਲੰਧਰ ਜੀ ਦੀ ਕੋਰਟ ਦੇ ਵਿੱਚ ਇੱਕ ਇਸ ਦੇ ਖਿਲਾਫ ਅਪੀਲ ਦਾਇਰ ਕੀਤੀ ਹੈ ਜੋ ਕਿ ਸੁਣਵਾਈ ਅਧੀਨ ਹੈ। ਇਸ ਬਾਰੇ ਸਰ ਸਭਾ ਦੇ ਰਿਕਾਰਡ ਦੇ ਵਿੱਚ ਕੁਛ ਦਰਜ ਨਹੀਂ ਹੈ ਅਤੇ ਜੇਕਰ ਸਭਾ ਦੇ ਆਡਿਟ ਦੇ ਵਿੱਚ 23-24 ਦੇ ਆਡਿਟ ਦੇ ਵਿੱਚ ਕੁਛ ਸਾਹਮਣੇ ਆਉਂਦਾ ਹੈ ਗਬਨ ਗੰਭੀਰ ਉਡਤਾਈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਮੁਲਾਜ਼ਮ ਖਿਲਾਫ ਅਤੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੋ 31-23 ਦੀ ਬੈਲੈਂਸ ਸ਼ੀਟ ਹੈ ਉਸ ਅਨੁਸਾਰ ਤਕਰੀਬਨ 3 ਲੱਖ ਦਾ ਸਟਾਕ ਜੋ ਜ਼ਰੂਰੀ ਵਸਤਾਂ ਦਾ ਪਿਆ ਹੋਇਆ ਹੈ
ਇਹ ਜੋ ਸਟਾਕ ਹੈ ਸ਼੍ਰੀ ਸੁਰਿੰਦਰ ਜੋ ਸਾਬਕਾ ਸਕੱਤਰ ਨੇ ਉਹਨਾਂ ਦੇ ਟਾਈਮ ਦਾ ਹੈ, ਉਹਨਾਂ ਦੇ ਚਾਰਜ ਵਿੱਚ ਵੀ ਵਿੱਚ ਹੈ, ਪਰੰਤੂ ਜਦੋਂ ਕਮੇਟੀ ਨੇ ਉਹਨਾਂ ਨੂੰ ਟਰਮੀਨੇਟ ਕੀਤਾ ਅਤੇ ਉਸ ਤੋਂ ਬਾਅਦ ਉਹ ਸਟਾਕ ਦੀ ਕਿਸੇ ਨੂੰ ਨਾ ਤਾਂ ਚਾਰਜ ਹੈਂਡਓਵਰ ਕੀਤਾ ਗਿਆ ਸੁਰਿੰਦਰ ਸਿੰਘ ਹੋਣਾ ਵੱਲੋਂ, ਅਤੇ ਨਾ ਹੀ ਉਸਦੀ ਕਿਸੇ ਵੱਲੋਂ ਸੇਲ ਪਾਈ ਗਈ, ਕਿਉਂਕਿ ਕਿਸੇ ਅਧਿਕਾਰਤ ਵਿਅਕਤੀ ਨੂੰ ਸਟਾਕ ਹੈਂਡਓਵਰ ਨਹੀਂ ਹੋਇਆ, ਜਿਸ ਕਰਕੇ ਉਹ ਸਾਰਾ ਸਟਾਕ ਐਕਸਪਾਇਰ ਹੋ ਗਿਆ ਅਤੇ ਸੁਸਾਇਟੀ ਨੂੰ ਉਹਨਾਂ ਨੁਕਸਾਨ ਝੱਲਣਾ ਪਿਆ। ਇਹਨਾਂ ਦੀ ਟਰਮੀਨੇਸ਼ਨ 2022 ਦੇ ਵਿੱਚ ਹੋਈ ਹੈ, ਉਹਦੀ ਜ਼ਿੰਮੇਵਾਰੀ ਜੋ ਸੰਬੰਧਿਤ ਜੋ ਇੰਪਲਾਈ ਹੈ ਜਿਸ ਚਾਰਜ ਜਿਸ ਦੇ ਚਾਰਜ ਵਿੱਚ ਸਾਰਾ ਸਟਾਕ ਹੈ ਉਸਦੀ ਬਣਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇਗੀ, ਗੱਲ ਨਹੀਂ ਹੈ, ਕਿਉਂਕਿ ਜੋ ਮੈਨੇਜਮੈਂਟ ਕਮੇਟੀ ਹੁੰਦੀ ਹੈ ਉਸ ਦੇ ਵਿੱਚ ਮਾਣਯੋਗ ਰਜਿਸਟਰ ਸਰਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਜੀ ਵੱਲੋਂ ਇੱਕ SC ਮੈਂਬਰ ਪਲੱਸ 2 ਲੇਡੀਜ਼ ਅਤੇ ਹੋਰ 9 ਮੈਂਬਰ ਬਾਕੀ ਦੇ ਮਿਲਾ ਕੇ ਟੋਟਲ 11 ਮੈਂਬਰ ਕਮੇਟੀ ਬਣਦੀ ਹੈ। ਇਸ ਕਰਕੇ ਸੁਸਾਇਟੀ ਦੀ ਮੈਨੇਜਮੈਂਟ ਵਿੱਚ ਕੰਮ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ, ਅਤੇ ਜੋ ਵੀ ਉਹਨਾਂ ਨੇ ਦੋਸ਼ ਲਾਏ ਉਹ ਬਿਲਕੁਲ ਗਲਤ ਨੇ, ਅਤੇ ਇਹਨਾਂ ਦੇ ਬਾਰੇ ਉਹਨਾਂ ਤੋਂ ਕੋਈ ਵੀ ਪੁਖਤਾ ਸਬੂਤ ਨਹੀਂ ਹੈ ਕਿ ਕੋਈ ਪ੍ਰੂਫ ਹੋ ਸਕੇ ਕਿ ਉਹਨਾਂ ਨਾਲ ਕੋਈ ਇਸ ਤਰ੍ਹਾਂ ਜਾਤੀ ਦੇ ਬੇਸ ਤੇ ਭੇਦਭਾਵ ਹੋਇਆ। ਇੱਕ ਹੋਰ ਉਹਨਾਂ ਨੇ ਐਲੀਗੇਸ਼ਨ ਆਇਆ ਕਿ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ 22 ਜਨਵਰੀ ਨੂੰ ਸ਼ਾਇਦ ਲੇਟ ਹੈਗੇ ਆ ਜੀ, ਅਤੇ ਉਹਦੇ ਰਿਗਾਰਡਿੰਗ ਕੋਈ ਮੁਨਾਦੇ ਵਗੈਰਾ ਨਹੀਂ ਹੋਇਆ ਕਿ ਪਿੰਡ ਦੇ ਵਿੱਚ ਜਾਂ ਕੋਈ ਗੁਰਦੁਆਰਾ ਹੋਇਆ ਜੀ? ਹਾਂਜੀ, ਜੋ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੈ ਉਹ 22/1/2024 ਨੂੰ ਸੋਮਵਾਰ ਨੂੰ ਹੋਣ ਜਾ ਰਹੀ ਹੈ, ਅਤੇ ਉਸਦਾ ਜੋ ਚੋਣ ਪ੍ਰੋਗਰਾਮ ਹੈ ਉਹ ਕਾਇਦੇ ਅਨੁਸਾਰ ਸਭਾ ਦੇ ਦਫ਼ਤਰ ਦੇ ਬਾਹਰ ਚਸਪਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਭਾ ਦੇ ਕਾਰਜ ਖੇਤਰ ਵਿੱਚ ਜੋ ਪਿੰਡ ਆਉਂਦੇ ਹਨ ਉਹਨਾਂ ਪਿੰਡਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਮੁਨਿਆਦੀ ਕਰਾ ਕੇ ਜੋ ਸਿੰਘ ਭਾਈ ਨੇ ਉਹਨਾਂ ਤੋਂ ਰਸੀਦ ਲਈ ਗਈ ਹੈ, ਅਤੇ ਇਸ ਅਨੁਸਾਰ ਜੋ ਰੂਲਾਂ ਅਕੋਰਡਿੰਗ ਹੀ ਸਾਰੀ ਜਾਣਕਾਰੀ ਸਭਾ ਦੇ ਮੈਂਬਰਾਂ ਨੂੰ ਅਤੇ ਸਮੂਹ ਵਸਨੀਕਾਂ ਨੂੰ ਦਿੱਤੀ ਗਈ ਹੈ।